ਬਲਾਰ ਅਕਲਪਰ ਰੋਡ ਤੇ ਇੱਕ ਦੁਕਾਨ ਤੇ ਅੱਗ ਲੱਗਣ ਕਾਰਨ ਲੱਖਾਂ ਰੁਪਏ ਦਾ ਨੁਕਸਾਨ ਹੋ ਗਿਆ। ਦੁਕਾਨ ਦੇ ਮਾਲਕ ਰਿੰਕੂ ਨੇ ਦੱਸਿਆ ਕਿ ਰਾਤ 1:30 ਵਜੇ ਦੇ ਕਰੀਬ ਦੁਕਾਨ ਪਿੱਛੇ ਰਹਿ ਰਹੇ ਵਰਕਰਾਂ ਨੇ ਫੋਨ ਕੀਤਾ ਕਿ ਦੁਕਾਨ ਨੂੰ ਅੱਗ ਲੱਗ ਗਈ। ਮੌਕੇ ਤੇ ਪਹੁੰਚ ਕੇ ਦੇਖਿਆ ਕਿ ਅੱਗ ਇੰਨੀ ਜ਼ਿਆਦਾ ਸੀ ਕਿ ਦੁਕਾਨ ਸੜ ਕੇ ਸਵਾਹ ਹੋ ਗਈ, ਜਿਸ ਨਾਲ ਮੇਰੀ ਦੁਕਾਨ ਅੰਦਰ ਪਏ 10 ਤੋਂ 12 ਲੱਖ ਰੁਪਏ ਦਾ ਸਮਾਨ ਸੜ ਕੇ ਸਵਾਹ ਹੋ ਗਿਆ। ਮੌਕੇ ਤੇ ਫਾਇਰ ਬ੍ਰਿਗੇਡ ਨੂੰ ਬੁਲਾਇਆ ਤੇ ਅੱਗ ਤੇ ਕਾਬੂ ਪਾਇਆ। ਫਲੋਰ ਤੋਂ ਰਾਜਕੁਮਾਰ ਨੰਗਲ ਦੀ ਖਾਸ ਰਿਪੋਰਟ। ਲਿੰਕ ਨੂੰ ਲਾਈਕ ਤੇ ਸ਼ੇਅਰ ਕਰੋ। ਮੇਰਾ ਨਾਮ ਰਿੰਕੂ ਹੈ, ਸੰਨੀ ਇੰਟਰਪ੍ਰਾਈਜ਼ਸ ਦਾ ਮਾਲਕ ਹਾਂ ਮੈਂ ਜੀ। ਸਾਡੀ ਪਾਰਟਨਰਸ਼ਿਪ ਫਰਮ ਹੈ ਤੇ ਰਾਤੀ ਗੋਦਾਮ ਤਕਰੀਬਨ 1:30 ਵਜੇ ਸਾਡੇ ਵਰਕਰ ਗੋਦਾਮ ਦੇ ਬਾਹਰ ਉਹਨਾਂ ਦਾ ਰੂਮ ਹੈ, ਉਹਨਾਂ ਨੇ ਦੱਸਿਆ, ਆਲੇ ਦੁਆਲੇ ਵਾਲਿਆਂ ਨੇ ਦੱਸਿਆ ਤੁਹਾਡੇ ਗੋਦਾਮ ਦੇ ਵਿੱਚ ਅੱਗ ਲੱਗ ਗਈ ਹੈ। ਠੀਕ ਹੈ, ਕਿੰਨੀ ਕੁ ਅੱਗ ਸੀਗੀ, ਕਿੰਨਾ ਕੁ ਨੁਕਸਾਨ ਹੋ ਗਿਆ? 10 ਤੋਂ 12 ਲੱਖ ਦੇ ਵਿੱਚ ਵਿੱਚ ਸਮਾਨ ਪਿਆ ਸੀ ਇੱਥੇ, ਸਾਰਾ ਬਿਲਕੁਲ ਸਵਾਹ ਹੋ ਗਿਆ। ਕੀ ਸੀਗਾ ਸਮਾਨ ਜਿਹੜਾ ਲੂਹ ਹੋ ਗਿਆ? ਪੈਟ ਪ੍ਰੀਫੋਰਮ ਸੀ, ਪੈਟ ਬੋਟਲ ਸੀ, ਕੈਨ ਡਰਮ ਸੀ, ਲਫਾਫਾ ਸੀ ਐਲਡੀ ਦਾ। ਤੁਹਾਡਾ ਹੋਰ ਵੀ ਪਲਾਸਟਿਕ ਦਾ ਕੰਮ ਹੈ? ਸਕ੍ਰੈਪ ਦਾ ਕੰਮ ਹੈ। ਸਕ੍ਰੈਪ ਦਾ ਕੰਮ ਹੈ ਤੇ ਕੀ ਫਾਇਰ ਵਰਗੇ ਆਈ ਰਾਤੀ? ਹਾਂਜੀ ਹਾਂਜੀ, ਤੇ ਅੱਗ ਤੇ ਕਾਬੂ? ਅੱਗ ਤੇ ਕਾਬੂ ਫਾਇਰ ਬ੍ਰਿਗੇਡ ਵਾਲੇ ਨੇ ਕੀਤਾ। ਕੀ ਮੰਗ ਕਰਦੇ ਹੋ? ਮੰਗ ਕੀ ਕਰਦੇ ਹੋ? ਮੰਗ ਇਹਦੇ ਵਿੱਚ ਕੀ ਕਹਿੰਦੇ, ਇੰਸ਼ੋਰੈਂਸ ਹੋਈ ਹੈ, ਇਹਨਾਂ ਦਾ ਕਵਰ ਕਰਾਂਗੇ। ਹਾਂਜੀ ਹਾਂਜੀ,